ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ। ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ। ਤੇ ਉਸ ਤੋਂ ਪਹਿਲਾਂ ਮੇਰੀ ਰਿਕੁਐਸਟ ਹੈ ਜੀ, ਜੇ ਤੁਸੀਂ ਦੇਖਦੇ ਹੋ ਫੇਸਬੁੱਕ ਤੋਂ ਤਾਂ ਆਪਣਾ ਫੇਸਬੁੱਕ ਤੇ ਪੇਜ ਬਣਿਆ ਹੋਇਆ ਜੀ ਰਾਜਵਿੰਦਰ ਕਲੈਕਸ਼ਨ, ਉਹਨੂੰ ਫੋਲੋ ਕਰੋ। ਤੇ ਜੇ ਤੁਸੀਂ ਦੇਖਦੇ ਹੋ ਇੰਸਟਾਗ੍ਰਾਮ ਤੋਂ ਤਾਂ ਇੰਸਟਾਗ੍ਰਾਮ ਤੇ ਹੈਗਾ ਰਾਜਵਿੰਦਰ ਸਿੱਧੂ 955, ਰਾਜਵਿੰਦਰ 955 ਸੋਰੀ, ਸਿੱਧੂ ਨਹੀਂ ਹੈਗਾ ਜੀ, ਤੇ ਮੇਰੇ ਦਿਮਾਗ ਚੋਂ ਨਿਕਲ ਗਿਆ। ਤੇ ਉਹਨੂੰ ਇੰਸਟਾਗ੍ਰਾਮ ਦੀ ਆਈਡੀ ਨੂੰ ਫੋਲੋ ਕਰੋ, ਉੱਥੇ ਵੀ ਆਪਣੇ ਸੂਟਾਂ ਦੇ ਨਵੇਂ ਨਵੇਂ ਡਿਜ਼ਾਇਨ ਬਣਾ ਕੇ ਪਾਏ ਹੋਏ ਨੇ। ਤੇ ਜਿਨ੍ਹਾਂ ਨੇ ਅਜੇ ਤੱਕ ਯੂਟਿਊਬ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਧੰਨਵਾਦ ਜੀ ਤੁਹਾਡਾ। ਆਪਾਂ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਦੱਸਿਆ ਸੀ ਤੁਸੀਂ ਮੇਰੇ ਦੱਸ ਕੇ ਪੂਰੇ ਸਬਸਕ੍ਰਾਈਬਰ ਕਰਤੇ, ਹੁਣ ਅੱਗੇ ਵੀ ਤੁਹਾਡੀ ਹਿੰਮਤ ਹੈ, ਮਾੜਾ ਜਿਹਾ ਖਿੱਚ ਕੇ ਰੱਖੋ ਕੰਮ। ਆਪਾਂ ਤੁਹਾਡੇ ਲਈ ਨਿਊ ਨਿਊ ਵੀਡੀਓ ਜੋ ਵੀ ਮੇਰੇ ਕੋਲ ਸੂਟਾਂ ਦੀਆਂ ਹੋਣਗੀਆਂ ਜਾਂ ਘਰ ਦਾ ਬਲੌਗ ਹੋਊਗਾ, ਡੇਲੀ ਵੀਡੀਓ ਆਪਾਂ 6 ਤੋਂ ਲੈ ਕੇ 7 ਦੇ ਵਿੱਚ ਵਿੱਚ ਆਪਾਂ ਅਪਲੋਡ ਕਰਦੇ ਹਾਂ। ਥੋੜ੍ਹਾ ਜਿਹਾ ਨੈੱਟ ਹੀ ਨੈਟਵਰਕ ਪ੍ਰੋਬਲਮ ਹੋਣ ਕਰਕੇ ਵੀਡੀਓ ਲੇਟ ਹੋ ਜਾਂਦੀ ਹੈ, ਕਦੇ ਜਲਦੀ ਪੈ ਜਾਂਦੀ ਹੈ। 6 ਤੋਂ ਲੈ ਕੇ 7 ਦੇ ਵਿੱਚ ਵਿੱਚ ਆਪਾਂ ਵੀਡੀਓ ਜਿਹੜੀ ਡੇਲੀ ਅਪਲੋਡ ਕਰਦੇ ਹੀ ਕਰਦੇ ਹੈਗੇ। ਚਲੋ ਜੀ, ਅੱਜ ਆਪਾਂ ਤੁਹਾਨੂੰ ਸੂਟ ਦਿਖਾਉਂਦੇ ਹਾਂ, ਜੋ ਵੀ ਤੁਹਾਨੂੰ ਇਹਨਾਂ ਦੇ ਵਿੱਚੋਂ ਸੂਟ ਪਸੰਦ ਨੇ ਤਾਂ ਤੁਸੀਂ ਲੈ ਸਕਦੇ ਹੋ। ਕੁਛ ਵਰਕ ਵਾਲੇ ਸੂਟ ਨੇ, ਕੁਛ ਮੈਚਿੰਗ ਸੂਟ ਨੇ ਤਾਂ ਤੁਸੀਂ ਲੈ ਸਕਦੇ ਹੋ। ਪ੍ਰਿੰਟ ਸੂਟ ਨੇ ਜਿਹੜੇ ਉਹ ਮੈਚਿੰਗ ਸੂਟ ਨੇ, ਜਿਹੜੇ ਵਰਕ ਵਾਲੇ ਨੇ ਉਹ ਵੀ ਦਿਖਾਉਂਦੇ ਹਾਂ। ਸਭ ਤੋਂ ਪਹਿਲਾਂ ਸੂਟ ਹੈਗੇ ਨੇ ਜੀ, ਇਹ ਹੈਗੇ ਨੇ ਚਨੂਨ ਦੇ ਕਮੀਜ਼, ਵਿੱਚ ਸੈਲਫ ਪ੍ਰਿੰਟ ਬਣਿਆ ਹੋਇਆ ਇਹਨਾਂ ਦੇ, ਦੇਖੋ ਕਲਰ ਬਹੁਤ ਸੋਹਣਾ ਇਹਦਾ। ਨਾਲ ਆਪਾਂ ਮੈਚਿੰਗ ਰੱਖੀ ਹੋਈ ਹੈ ਜੀ ਸਲਵਾਰ ਗ੍ਰੀਨ ਕਲਰ ਦੀ, ਦੇਖੋ ਮੈਂ ਤੁਹਾਨੂੰ ਨੇੜੇ ਤੋਂ ਦਿਖਾਉਂਗੀ। ਬਹੁਤ ਵਧੀਆ ਸ਼ਾਈਨਿੰਗ ਵਾਲਾ ਕੱਪੜਾ ਮਿਲੂਗਾ, ਨਾ ਇਹਦਾ ਕੋਈ ਕਲਰ ਫੇਂਟ ਹੋਵੇ, ਨਾਲ ਇਹਦਾ ਕੋਈ ਰੇਟ ਨਹੀਂ ਜ਼ਿਆਦਾ। ਐਸ ਕੇ ਦਾ ਤੁਹਾਨੂੰ ਚਨੂਨ ਮਿਲੂਗੀ ਜੀ, ਦੇਖੋ। ਆਪਾਂ ਤੁਹਾਨੂੰ ਸਟੈਂਪ ਦਿਖਾ ਕੇ ਕੱਪੜਾ ਦੇਵਾਂਗੇ ਜੀ, ਇਹ ਨਹੀਂ ਹੋਊਗਾ ਵੀ ਹਨਾ ਵੀ ਆਪਾਂ ਗਲਤ ਚੀਜ਼ ਦੇਵਾਂਗੇ। ਜਿਹੜਾ ਸੂਟ ਅਸੀਂ ਵੀਡੀਓ ਦੇ ਵਿੱਚ ਦਿਖਾਇਆ ਉਹ ਸੂਟ ਤੁਹਾਡੇ ਤੱਕ ਪਹੁੰਚੂਗਾ। ਥੋੜ੍ਹਾ ਮੋਟਾ ਜੇ ਹਨਾ ਵੀ ਕਈ ਵਾਰ ਉਹ ਸੂਟ ਸੇਲ ਹੋ ਜਾਂਦਾ ਤਾਂ ਡਿਜ਼ਾਇਨਿੰਗ ਦਾ ਫਰਕ ਪੈ ਜਾਂਦਾ, ਹੋਰ ਕੱਪੜਾ ਵਗੈਰਾ ਕੋਈ ਨਹੀਂ ਫਰਕ ਪਊਗਾ ਜੀ। ਇਹਦਾ ਹੈਗਾ ਜੀ ਗ੍ਰੀਨ ਕਲਰ, ਇਹਦੇ ਵਿੱਚ ਆਪਣੇ ਕੋਲ 3 ਕਲਰ ਨੇ ਜੀ, ਮੈਂ ਤੁਹਾਨੂੰ 3 ਦਿਖਾ ਦਿੰਦੀ ਹਾਂ। ਦੇਖੋ ਇੱਕ ਕਲਰ ਹੈਗਾ ਜੀ ਇਸ ਤਰ੍ਹਾਂ ਦਾ ਲਾਈਟ ਸਕਾਈ ਜਿਹਾ, ਇਹਦੇ ਨਾਲ ਰੱਖੀ ਹੋਈ ਹੈ ਆਪਾਂ ਨੇ ਇਸ ਤਰ੍ਹਾਂ ਦੀ ਪਰਪਲ ਜੀ ਸਲਵਾਰ, ਦੇਖੋ ਪਲੇਨ ਇਹ ਸਲਵਾਰ ਵੀ ਬਹੁਤ ਵਧੀਆ। ਇਹਦੇ ਨਾਲ ਲਾਈ ਹੈ ਜੀ ਆਪਾਂ ਨੇ ਕਰੇਪ ਦੀ ਸਲਵਾਰ, ਉਹਦੇ ਨਾਲ ਹੈਗੀ ਹੈ ਮਸਲੀਨ ਦੀ। ਕਈ ਵਾਰ ਉਹ ਸੇਮ ਕਲਰ ਨਹੀਂ ਮਿਲਦਾ ਤਾਂ ਕਰਕੇ ਆਪਾਂ ਨੂੰ ਫੈਬਰਿਕ ਹੈ ਜਿਹੜੀ ਚੇਂਜ ਕਰਨੀ ਪੈਣੀ ਹੈ। ਅਸੀਂ ਵੀਡੀਓ ਦੇ ਵਿੱਚ ਤੁਹਾਨੂੰ ਦੱਸ ਕੇ ਦੇਵਾਂਗੇ ਜੀ, ਇਹ ਨਹੀਂ ਹੈਗਾ ਮੈਂ 3 ਸੂਟਾਂ ਨਾਲ ਇਹੀ ਕਹਿ ਦੂੰ ਵੀ ਇਹਨਾਂ ਨਾਲ ਮਸਲੀਨ ਦੀ, ਨਹੀਂ ਇਹਦੇ ਨਾਲ ਕਰੇਪ ਦੀ ਸਲਵਾਰ ਹੈ, ਇਹਦੇ ਨਾਲ ਹੈਗੀ ਹੈ ਨੀਚੇ ਗ੍ਰੀਨ ਸਲਵਾਰ ਹੈ ਜਿਹੜੀ ਉਹ ਹੈਗੀ ਹੈ ਮਸਲੀਨ ਦੀ। ਇੱਕ ਕਲਰ ਇਹਦੇ ਵਿੱਚ ਇਹ ਹੈ ਜੀ, ਦੇਖੋ ਇਹਦੇ ਨਾਲ ਚਾਹੋ ਤਾਂ ਤੁਸੀਂ ਕਰੇਪ ਦੀ ਸਲਵਾਰ ਵੀ ਰੱਖ ਸਕਦੇ ਹੋ, ਦੇਖੋ ਇਹ ਵੀ ਮੈਚਿੰਗ ਹੋਈ ਪਈ ਹੈ ਨਾਲ, ਜੇ ਤੁਸੀਂ ਕੋਈ ਹੋਰ ਰੱਖਣੀ ਹੈ ਤਾਂ ਤੁਸੀਂ ਉਹ ਵੀ ਰੱਖ ਸਕਦੇ ਹੋ। 3 ਕਲਰ ਨੇ ਆਪਣੇ ਕੋਲ, 3 ਕਲਰਾਂ 'ਚ ਜੋ ਵੀ ਤੁਹਾਨੂੰ ਕਲਰ ਪਸੰਦ ਹੈ ਤਾਂ ਤੁਸੀਂ ਸਕਰੀਨਸ਼ੋਟ ਲੈ ਕੇ ਮੈਸੇਜ ਕਰ ਸਕਦੇ ਹੋ। ਇਹਨਾਂ ਦਾ ਪ੍ਰਾਈਜ਼ ਰਹੂਗਾ ਜੀ 700 ਰੁਪਏ, ਮੈਚਿੰਗ ਸੂਟ ਦਾ 700 ਰੁਪਏ ਪ੍ਰਾਈਜ਼ ਹੈ, ਸ਼ਿਪਿੰਗ ਚਾਰਜਸ ਵਿੱਚ ਹੀ ਹੋਣਗੇ। ਦੇਖੋ ਜੀ ਤੁਹਾਨੂੰ ਵੀ ਪਤਾ 80 ਰੁਪਏ ਇੱਕ ਕਿਲੋ ਵੇਟ ਦੇ ਹਿਸਾਬ ਨਾਲ ਸ਼ਿਪਿੰਗ ਚਾਰਜਸ ਹੋ ਜਾਂਦੇ ਨੇ, ਤਾਂ ਕਰਕੇ ਆਪਾਂ ਵਿੱਚ ਹੀ ਲਾ ਕੇ ਇਹਦਾ ਸ਼ਿਪਿੰਗ ਚਾਰਜਸ ਵਿੱਚ ਹੀ ਨੇ, 700 ਰੁਪਏ ਪ੍ਰਾਈਜ਼ ਹੈ ਜੀ। ਜੇ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਸੂਟ ਪਸੰਦ ਹੈ ਤਾਂ ਤੁਸੀਂ ਲੈ ਸਕਦੇ ਹੋ। ਚਲੋ ਜੀ ਇਹ ਹੋ ਗਏ ਚਨੂਨ ਦੇ ਕਮੀਜ਼, ਅਤੇ ਇੱਕ ਆਪਾਂ ਦਿਖਾਉਂਦੇ ਜੀ ਤੁਹਾਨੂੰ ਔਰਗੈਂਜਾ ਦੇ ਵਿੱਚ, ਐਸ ਕੇ ਦੀ ਵਧੀਆ ਔਰਗੈਂਜਾ ਮਿਲੂਗੀ। ਪ੍ਰਿੰਟ ਸੂਟ ਨੇ ਇਹ, ਲਾਈਟ ਵੇਟ ਜਮਾਂ ਬਿਲਕੁਲ, ਦੇਖੋ ਜੀ ਇਹ ਵੀ ਮੈਂ ਤੁਹਾਨੂੰ ਦਿਖਾ ਕੇ ਦਊਂਗੀ ਜੀ। ਦੇਖੋ ਐਸ ਕੇ ਦੀ ਔਰਗੈਂਜਾ ਦਾ ਸੂਟ ਹੈ, ਇਹਦੇ ਨਾਲ ਪਲੇਨ ਰੱਖੀ ਹੋਈ ਹੈ ਜੀ ਆਪਾਂ ਨੇ ਮੈਚਿੰਗ ਸਲਵਾਰ ਗ੍ਰੀਨ ਕਲਰ ਦੀ, ਅਤੇ ਇਹਦੇ ਵਿੱਚ ਆਪਣੇ ਕੋਲ ਰੰਗ 2-3 ਨੇ, ਜੋ ਵੀ ਤੁਹਾਨੂੰ ਰੰਗ ਪਸੰਦ ਹੈ ਤਾਂ ਤੁਸੀਂ ਲੈ ਸਕਦੇ ਹੋ। ਇਹਦੀ ਸਲਵਾਰ ਮੈਨੂੰ ਹੁਣ ਲੱਭੀ ਨਹੀਂ, ਬਾਹਲਾ ਗਾਹ ਪਿਆ ਪਿਆ, ਦੇਖੋ ਜੀ ਇਹਦੇ ਨਾਲ ਇਸ ਤਰ੍ਹਾਂ ਦੀ ਆਪਾਂ ਨੇ ਰੱਖੀ ਹੈ ਮਹਿੰਦੀ ਕਲਰ ਦੀ ਸਲਵਾਰ। ਇਹਦੇ ਵਿੱਚ ਕਲਰ ਮੈਂ ਤੁਹਾਨੂੰ ਦਿਖਾ ਦਿੰਦੀ ਹਾਂ, ਇੱਕ ਕਲਰ ਹੈਗਾ ਜੀ ਬਲੇਊ ਇਸ ਤਰ੍ਹਾਂ ਦਾ, ਬਹੁਤ ਵਧੀਆ ਕਲਰ ਕੰਬੀਨੇਸ਼ਨ ਹੈ ਇਹਦਾ, ਮੈਨੂੰ ਬਹੁਤ ਸੋਹਣਾ ਲੱਗ ਰਿਹਾ। ਦੇਖੋ ਜੀ ਪਰ ਮੇਰੇ ਘਰੇ ਗਾਲਾਂ ਪੈਂਦੀਆਂ ਨੇ ਵੀ ਹਰ ਇੱਕ ਸੂਟ ਚੱਕ ਕੇ ਸਿਲਾਈ ਕਰਾ ਲੈਂਦੀ ਹਾਂ। ਦੇਖੋ ਇਸ ਤਰ੍ਹਾਂ ਦਾ ਇਹਦਾ ਪ੍ਰਿੰਟ ਸੂਟ ਕਮੀਜ਼ ਹੈਗਾ, ਇਸ ਤਰ੍ਹਾਂ ਦੇ ਨਾਲ ਰੱਖੀ ਜੀ ਆਪਾਂ ਨੇ ਸਲਵਾਰ ਬਲੇਊ ਕਲਰ ਦੀ ਪੈਂਦੀ। ਇਹਦੇ ਵਿੱਚ ਰੰਗ ਮੈਂ ਤੁਹਾਨੂੰ ਦਿਖਾ ਦਿੰਦੀ ਹਾਂ ਜੀ, ਰੰਗ ਇੱਕ ਹੈਗਾ ਮਸਟਰਡ ਦੇ ਵਿੱਚ, ਦੇਖੋ ਇਸ ਤਰ੍ਹਾਂ ਦਾ ਰੰਗ ਹੈ, ਇਹ ਵਾਲਾ ਮਸਟਰਡ ਰੰਗ ਹੈ, ਇਹ ਵਾਲਾ ਬਲੇਊ ਰੰਗ ਹੈ, ਇੱਕ ਗ੍ਰੀਨ ਰੰਗ ਹੈ। ਇਸ ਪ੍ਰਿੰਟ ਦੇ ਵਿੱਚ 3 ਰੰਗ ਨੇ ਜੀ, ਜੋ ਵੀ ਤੁਹਾਨੂੰ ਇਹਨਾਂ ਦੇ ਵਿੱਚੋਂ ਰੰਗ ਪਸੰਦ ਹੈ ਤਾਂ ਤੁਸੀਂ ਲੈ ਸਕਦੇ ਹੋ। ਸਾਰੇ ਐਸ ਕੇ ਦੀ ਬ੍ਰਾਂਡ ਦਾ ਕੱਪੜਾ ਅੱਜ ਵਾਲਾ ਜਿਹੜਾ ਆਪਣੇ ਕੋਲ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦਿਖਾ ਰਹੀ ਹਾਂ, ਦੇਖੋ ਜੀ ਤੁਸੀਂ ਸਕਰੀਨਸ਼ਾਟ ਲਓ। ਇਹ ਹੈਗਾ ਮਸਟਰਡ ਕਲਰ, ਅਤੇ ਇਹ ਹੈਗਾ ਬਲੇਊ ਕਲਰ, ਦੇਖੋ ਇਹ ਸੂਟ ਆਪਾਂ ਨੇ ਥੋੜ੍ਹੇ ਜਿਹੇ ਘੱਟ ਰੇਟ 'ਤੇ ਲਾਏ ਨੇ। ਜੇ ਤੁਹਾਨੂੰ ਪਸੰਦ ਹੈ ਇਹਨਾਂ ਦੇ ਵਿੱਚੋਂ ਕੋਈ ਰੰਗ ਤਾਂ ਤੁਸੀਂ ਲੈ ਸਕਦੇ ਹੋ।
ਇਹ ਸੂਟਾਂ ਦਾ ਪ੍ਰਾਈਸ ਰਹੂਗਾ ਜੀ 1300 ਰੁਪਏ, ਸ਼ਿਪਿੰਗ ਚਾਰਜਸ ਵਿੱਚ ਹੀ ਹੋਣਗੇ ਇੰਡੀਆ ਦੇ। ਇੱਕ ਰੰਗ ਹੋਊਗਾ ਜੀ ਗ੍ਰੀਨ ਦਾ, ਇਹਨਾਂ ਦਾ ਪ੍ਰਾਈਸ ਰਹੂਗਾ ਜੀ 1300 ਰੁਪਏ। ਜੋ ਵੀ ਤੁਹਾਨੂੰ ਇਹਨਾਂ ਦੇ ਵਿੱਚੋਂ ਰੰਗ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ। ਇੱਕ ਔਰਗੈਂਜਾ ਦੇ ਵਿੱਚ ਇਹ ਵਾਲਾ ਆਪਣੇ ਕੋਲ ਪ੍ਰਿੰਟ ਹੈ ਜੀ, ਬਹੁਤ ਵਧੀਆ ਪ੍ਰਿੰਟ ਹੈ। ਇਹ 5 ਮੀਟਰ ਹੈ ਜੀ, ਤੁਸੀਂ ਆਲ ਓਵਰ ਲੈਣਾ ਹੈ ਤਾਂ ਤੁਸੀਂ ਆਲ ਓਵਰ ਵੀ ਲੈ ਸਕਦੇ ਹੋ। ਦੇਖੋ ਜੀ, ਜੇ ਤੁਸੀਂ ਨੇ ਮੈਚਿੰਗ ਲੈਣਾ ਤਾਂ ਤੁਸੀਂ ਮੈਚਿੰਗ ਵੀ ਲੈ ਸਕਦੇ ਹੋ। ਬਹੁਤ ਵਧੀਆ ਰੰਗ ਨੇ, ਮੈਨੂੰ ਇਹ ਵੀ ਬਹੁਤ ਵਧੀਆ ਲੱਗ ਰਿਹਾ। ਬਸ ਉਹੀ ਗੱਲ ਉੱਥੇ ਆ ਜਾਂਦੀ ਹੈ ਵੀ ਸਾਰੇ ਹੁਣ ਆਪ ਹੀ ਸਿਲਾਈ ਕਰਾਈ ਜਾਵਾਂਗੇ, ਇਸ ਕਰਕੇ ਬਹੁਤ ਮੇਰੀ ਗਾਲਾਂ ਪੈਂਦੀਆਂ ਨੇ। ਦੇਖੋ ਜੀ, ਇਹ ਵੀ SK ਦਾ ਮਿਲੂਗਾ। ਇਹ ਜੇ ਤੁਸੀਂ ਮੈਚਿੰਗ ਲਾਓਗੇ ਜੀ ਬਲੈਕ ਸਲਵਾਰ ਨਾਲ ਤਾਂ ਮੈਚਿੰਗ ਤੁਹਾਨੂੰ ਪਊਗਾ ਜੀ ਉਹੀ ਪ੍ਰਾਈਸ 1300 ਰੁਪਏ। ਜੇ ਤੁਸੀਂ ਇਹਨੂੰ ਆਲ ਓਵਰ ਲਾਓਗੇ ਜੀ ਤਾਂ ਆਲ ਓਵਰ ਪਊਗਾ ਇਹ 1800 ਰੁਪਏ। ਹੁਣ ਜੇ ਤੁਹਾਨੂੰ ਪਸੰਦ ਹੈ ਇਹ ਆਲ ਓਵਰ ਲੈਣਾ ਤਾਂ ਤੁਸੀਂ ਆਲ ਓਵਰ ਵੀ ਲੈ ਸਕਦੇ ਹੋ, ਜੇ ਤੁਸੀਂ ਮੈਚਿੰਗ ਲੈਣਾ ਤਾਂ ਤੁਸੀਂ ਮੈਚਿੰਗ ਵੀ ਲੈ ਸਕਦੇ ਹੋ। ਦੇਖੋ ਬਹੁਤ ਵਧੀਆ ਪ੍ਰਿੰਟ ਹੈ ਨਾ। ਦੇਖੋ ਜੀ, ਇਹ ਹੋ ਗਏ ਜੀ ਆਪਣੇ ਕੋਲ 4 ਕਲਰ ਔਰਗੈਂਜਾ ਦੇ, ਜੋ ਵੀ ਕਲਰ ਪਸੰਦ ਹੈ ਤੁਸੀਂ ਲੈ ਸਕਦੇ ਹੋ। ਇੱਕ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਜੀ ਕਰੇਵ ਦੇ ਵਿੱਚ ਪ੍ਰਿੰਟ ਸੂਟ 5 ਮੀਟਰ ਆਲ ਓਵਰ। ਦੇਖੋ ਜੀ, ਇਸ ਤਰ੍ਹਾਂ ਇਹਦੀ ਡਿਜ਼ਾਇਨਿੰਗ ਬਣੀ ਹੋਈ ਹੈ। ਇਹ SK ਦੀ ਕਰੇਵ ਦਾ ਸੂਟ ਹੈ, ਬਹੁਤ ਵਧੀਆ ਲਾਈਟ ਵੇਟ ਕਰੇਵ ਹੈ। ਇਹ ਉਹ ਕਰੇਵ ਨਹੀਂ ਹੈਗੀ ਵੀ ਜਿਹੜੀ ਹਲਕੀ ਹੋਊਗੀ, ਅਤੇ ਜਿਹੜੀ ਆਪਾਂ ਹੁਣ ਨੈਚੁਰਲ ਕਰੇਵ ਆਪਾਂ ਸਲਵਾਰਾਂ ਸੂਟ ਬਣਾਉਂਦੇ ਹਾਂ ਡਾਈ ਕਰਾਉਂਦੇ ਹਾਂ, ਇਹ ਉਸ ਤਰ੍ਹਾਂ ਦੀ ਕਰੇਵ ਹੈ। ਦੇਖੋ ਜੀ, ਇਹ ਥੋੜ੍ਹਾ ਜਿਹਾ ਪ੍ਰਿੰਟ ਬਣਿਆ ਕਰਕੇ ਇਹਦੇ ਵਿੱਚ ਹੈ ਨਾ ਡਿਜੀਟਲ ਪ੍ਰਿੰਟ ਦੇ ਵਿੱਚ ਬਣੀ ਹੋਈ ਹੈ, ਤਾਂ ਕਰਕੇ ਇਹਦਾ ਪ੍ਰਾਈਜ਼ ਹੈ ਜਿਹੜਾ ਥੋੜ੍ਹਾ ਜਿਹਾ ਜ਼ਿਆਦਾ ਹੋ ਗਿਆ, ਨਹੀਂ ਤਾਂ ਉਹਦਾ ਘੱਟ ਸੀਗਾ। ਜਿਵੇਂ ਉਹ ਆਪਾਂ ਨੂੰ ਪਲੇਨ ਸੂਟ 1300-1400 ਰੁਪਏ ਦੇ ਵਿੱਚ ਪੈਂਦਾ, ਤਾਂ ਇਹ ਸੂਟ ਦਾ ਪ੍ਰਾਈਜ਼ ਰਹੂਗਾ ਜੀ 1700 ਰੁਪਏ, ਸ਼ਿਪਿੰਗ ਚਾਰਜਸ ਵਿੱਚ ਹੀ ਹੋਣਗੇ। 5 ਮੀਟਰ ਆਲ ਓਵਰ ਸੂਟ ਦਾ ਪ੍ਰਾਈਜ਼ ਹੈ ਜੀ 1700 ਰੁਪਏ। ਤੁਸੀਂ ਹੁਣ ਜਾ ਕੇ ਪਤਾ ਕਰ ਲਓ, ਕਿਸੇ ਵੀ ਸ਼ੋਪ ਤੋਂ 1800 ਰੁਪਏ ਦਾ ਕਰੇਵ ਦਾ ਸੂਟ ਦੇਣਗੇ ਜੀ, ਮੈਚਿੰਗ ਸੂਟ ਦੇਣਗੇ, ਨਾਲੇ ਆਲ ਓਵਰ ਨਹੀਂ ਦਿੰਦੇ ਉਹ ਕਰੇਵ ਦੇ ਵਿੱਚ। ਦੇਖੋ ਇਹਦਾ ਸੂਟ ਆਪਾਂ ਨੇ ਤੁਹਾਡੇ ਲਈ ਰੇਟ ਹੈਗਾ ਜੀ 1700 ਰੁਪਏ, ਸ਼ਿਪਿੰਗ ਚਾਰਜਸ ਵਿੱਚ ਹੀ ਨੇ। ਇਹਦੇ ਵਿੱਚ ਕਲਰ ਮਿਲ ਜਾਣਗੇ ਜੀ ਤੁਹਾਨੂੰ 3, ਇੱਕ ਥੋੜ੍ਹਾ ਲਾਈਟ ਫਰੋਜੀ ਜਿਹਾ ਕਲਰ ਇਹਦੇ ਵਿੱਚ, ਇਹ ਸਰਦਈ ਆ ਗਿਆ ਜੀ, ਇੱਕ ਕਲਰ ਇਹ ਹੈ ਇਹਦੇ ਵਿੱਚ। ਇਹਦੀ ਡਿਜ਼ਾਇਨਿੰਗ ਦਾ ਫਰਕ ਹੈ, ਇਸ ਤਰ੍ਹਾਂ ਲੰਬੀਆਂ ਲਾਈਨਾਂ ਵਾਲੀ ਡਿਜ਼ਾਇਨਿੰਗ ਹੈ, ਅਤੇ ਇਹ ਵੀ SK ਦੀ ਕਰੇਵ ਹੈ, ਸਾਰੀ SK ਦੀ ਕਰੇਵ ਹੈ। ਦੇਖੋ ਲੱਗਿਆ ਹੋਇਆ ਸਾਰਾ ਆਪਣੇ ਕੋਲ SK ਦਾ ਹੀ ਅੱਜ ਸਾਰਾ ਵਾਲਾ। ਦੇਖੋ ਜੀ, ਇਹਦੇ ਵਿੱਚ ਇਸ ਤਰ੍ਹਾਂ ਦਾ ਇਹ ਬਣਿਆ ਹੋਇਆ। ਇਹਦੇ ਵਿੱਚ ਇੱਕ ਪ੍ਰਿੰਟ ਸੂਟ ਹੈ ਜੀ, ਦੇਖੋ ਬਲੈਕ ਦੇ ਵਿੱਚ, ਇਹ ਵੀ ਬਹੁਤ ਵਧੀਆ, ਇਹ ਵੀ ਕਰੇਵ ਦਾ ਸੂਟ ਹੈ ਜੀ। ਇਹਦਾ ਪ੍ਰਾਈਜ਼ ਥੋੜ੍ਹਾ ਜਿਹਾ ਵੱਧ ਹੈ, ਇਹ ਤੁਹਾਨੂੰ ਪਊਗਾ ਜੀ 1850 ਦੇ ਵਿੱਚ, 5 ਮੀਟਰ ਆਲ ਓਵਰ ਸੂਟ। ਦੇਖੋ SK ਦਾ ਬਹੁਤ ਵਧੀਆ, ਬਿਲਕੁਲ ਇੰਨੀ ਸੋਹਣੀ ਕਰੇਵ ਹੈ। 3 ਰੰਗ ਨੇ ਜੀ ਇਹਦੇ ਵਿੱਚ, 4 ਸੌਰੀ, ਇੱਕ ਫਰੋਜੀ ਇਸ ਤਰ੍ਹਾਂ ਦਾ, ਇਸ ਲਾਈਨ ਵਾਲਾ ਸੇਮ ਕਲਰ ਹੈ ਜੀ। ਦੇਖੋ ਜੀ, ਇਹ ਹੋ ਗਏ 3 ਕਲਰ, ਜੋ ਇਹ ਸੂਟ ਦਾ ਪ੍ਰਾਈਜ਼ ਰਹੂਗਾ ਜੀ 1850 ਰੁਪਏ, ਇਹਨਾਂ ਦਾ ਪ੍ਰਾਈਜ਼ ਰਹੂਗਾ 1700-1700 ਰੁਪਏ। ਜੋ ਵੀ ਤੁਹਾਨੂੰ ਪਸੰਦ ਹੈ ਇਹਨਾਂ ਦੇ ਵਿੱਚੋਂ ਤਾਂ ਤੁਸੀਂ ਲੈ ਸਕਦੇ ਹੋ। ਮੈਂ ਤੁਹਾਨੂੰ 5 ਮੀਟਰ ਆਲ ਓਵਰ ਸੂਟ ਦੇ ਪ੍ਰਾਈਜ਼ ਦੱਸੇ ਨੇ ਜੀ, ਮੈਚਿੰਗ ਸੂਟ ਹੈ ਜਿਹੜਾ ਮੈਚਿੰਗ ਦਾ ਦੱਸਾਂਗੇ, ਜਿਹੜਾ ਆਲ ਓਵਰ ਹੈ ਉਹਦਾ ਆਲ ਓਵਰ ਦੱਸਾਂਗੇ। ਦੇਖੋ ਜੀ, ਇਹ ਆ ਗਿਆ ਜੀ ਵਰਕ ਵਾਲਾ ਸੂਟ, ਮਸਟਰਡ ਕਲਰ ਹੈ, ਇਹਦਾ ਘੇਰ ਦਾ ਕੰਮ ਕੀਤਾ ਹੋਇਆ ਇਸ ਤਰ੍ਹਾਂ, ਅਤੇ ਉੱਪਰ ਤੱਕ ਫਲਾਵਰ ਬਣੇ ਹੋਏ ਨੇ ਛੋਟੇ ਛੋਟੇ। ਦੇਖੋ ਜੀ, ਇੱਕ ਫਲਾਵਰ ਗਲੇ 'ਤੇ ਆ ਗਿਆ ਜੀ, ਇੱਕ ਇੱਧਰਲੇ ਉਹ 'ਤੇ ਆ ਗਿਆ, ਇੱਕ ਇੱਧਰ ਆ ਗਿਆ, ਅਤੇ ਘੇਰ ਹੋ ਗਿਆ ਇਹਦਾ, ਅਤੇ ਇੱਧਰ ਹੈਗਾ ਜੀ ਬਾਂਹ ਦਾ ਕੰਮ, ਬਾਂਹ 'ਤੇ ਵੀ ਇਸ ਤਰ੍ਹਾਂ ਦਾ ਫਲਾਵਰ ਬਣਿਆ ਹੋਇਆ। 5 ਮੀਟਰ ਆਲ ਓਵਰ ਸੂਟ ਹੈ ਜੀ, ਇਹ ਤੁਸੀਂ ਨਾ ਫੈਬਰਿਕ ਹੈ ਜਿਹੜੀ ਇਹ ਮਸਲੀਨ ਦੇ ਵਿੱਚ ਹੈ, ਇਹਨੂੰ ਤੁਸੀਂ ਗਰਮੀ 'ਚ ਵੀ ਪਾ ਸਕਦੇ ਹੋ, ਇਹਨੂੰ ਤੁਸੀਂ ਸਰਦੀ ਦੇ ਵਿੱਚ ਵੀ ਪਾ ਸਕਦੇ ਹੋ। ਇਹ ਨਹੀਂ ਹੈਗਾ ਵੀ ਹੈ ਨਾ ਵੀ ਗਰਮੀ ਦੇ ਵਿੱਚ ਹੀ ਪਊਗੀ ਜਾਂ ਸਰਦੀ ਦੇ ਵਿੱਚ ਪਊਗੀ, ਇਹ ਰੈਗੂਲਰ ਪੈਣ ਵਾਲੀ ਫੈਬਰਿਕ ਹੈ, ਮਸਲੀਨ ਹੈ ਜਿਹੜੀ, ਬਹੁਤ ਵਧੀਆ ਮਸਲੀਨ ਹੈ। ਆਪਾਂ ਨੂੰ ਪਤਾ ਹੈ ਵੀ ਹਰ ਇੱਕ ਕੱਪੜੇ ਨੇ ਲਾਈਨਿੰਗ ਲਾ ਕੇ ਬਣਨਾ ਜੀ, ਲਾਈਨਿੰਗ ਵਾਲਾ ਕੱਪੜਾ ਕਦ ਮਰਜ਼ੀ ਪਾ ਸਕਦੇ ਆਪਾਂ ਹੈ ਨਾ। ਇਹ ਸੂਟ ਦਾ ਪ੍ਰਾਈਜ਼ ਰਹੂਗਾ ਜੀ ਤੁਹਾਡੇ ਲਈ 2000 ਰੁਪਏ, ਜੇ ਤੁਸੀਂ ਲੈਣਾ ਤਾਂ ਤੁਸੀਂ ਲੈ ਸਕਦੇ ਹੋ। ਇਹਦੇ ਵਿੱਚ ਕਲਰ ਤੁਹਾਨੂੰ ਵਰਕ ਵਾਲੇ ਸੂਟ ਮੈਂ ਹੋਰ ਦਿਖਾ ਦਿੰਦੀ ਹਾਂ, ਇਹ ਵੀ ਮਸਲੀਨ 'ਤੇ ਬਣਿਆ ਹੋਇਆ, ਇਹਦਾ ਵੀ ਘੇਰ ਦੇ ਕੰਮ ਹੈ। ਦੇਖੋ ਜੀ, ਇਸ ਤਰ੍ਹਾਂ ਸਕਾਈ ਬਲਿਊ ਜਿਹਾ ਕਲਰ ਹੈ, ਇਸ ਤਰ੍ਹਾਂ ਦਾ ਘੇਰ ਦਾ ਕੰਮ ਹੈ, ਅਤੇ ਇਹ ਹੈਗਾ ਬਾਂਹ ਦਾ ਕੰਮ। ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਲੈ ਸਕਦੇ ਹੋ। ਇਹ ਸੂਟ ਦਾ ਪ੍ਰਾਈਜ਼ ਰਹੂਗਾ ਜੀ 1800 ਰੁਪਏ, ਸਕਾਈ ਬਲਿਊ ਦਾ 1800 ਰੁਪਏ ਹੈ। ਜਿਹੜਾ ਮਾਸਟਰਡ ਸੂਟ ਹੈ ਇਹਦਾ ਪ੍ਰਾਈਜ਼ ਹੈ 2000 ਰੁਪਏ, ਜੇ ਤੁਹਾਨੂੰ ਪਸੰਦ ਨੇ ਤਾਂ ਤੁਸੀਂ ਲੈ ਸਕਦੇ ਹੋ। ਅਗਲਾ ਸੂਟ ਹੈਗਾ ਜੀ ਜੋਰਜਟ 'ਤੇ ਬਣਿਆ ਹੋਇਆ ਮਾਊਸ ਕਲਰ ਦਾ, ਇਹਦੀ ਟੈਪ ਠੀਕ ਕਰੀ ਗਈ ਹੈ। ਦੇਖੋ ਜੀ, ਇਸ ਤਰ੍ਹਾਂ ਇਹਦਾ ਘੇਰ ਦਾ ਅਤੇ ਉੱਪਰ ਸੈਂਟਰ ਪੈਨਲ ਜਾਂਦੇ ਨੇ, ਵਾਈਟ ਦੇ ਨਾਲ ਆਪਾਂ ਨੇ ਸੂਟ ਹੈ ਜਿਹੜਾ ਵਰਕ ਕਰਵਾਇਆ ਹੋਇਆ। ਦੇਖੋ ਇਸ ਤਰ੍ਹਾਂ ਘੇਰ ਦੇ ਉੱਪਰ ਵੱਡਾ ਫਲਾਵਰ ਬਣਿਆ ਹੋਇਆ, ਬਹੁਤ ਵਧੀਆ ਕੰਮ ਹੈ ਜਿਹੜਾ ਤੁਹਾਨੂੰ ਸਾਫ਼ ਮਿਲੂਗਾ,
ਤੁਹਾਡੇ ਕੋਲ ਪਹੁੰਚਣ ਤੇ ਪਤਾ ਲੱਗ ਜੂਗਾ ਨਾ ਇਸ ਤਰ੍ਹਾਂ ਬਾਂਹ ਦੇ ਉੱਤੇ ਕੱਟ ਵਰਕ ਬਣਿਆ ਹੋਇਆ ਇਹ ਮਾਊਸ ਜਿਹਾ ਕਲਰ ਹੈ ਵਾਈਟ ਦੇ ਨਾਲ ਇਹ ਆਪਾਂ ਸਾਰਾ ਵਰਕ ਕੀਤਾ ਹੋਇਆ ਜੋ ਵੀ ਤੁਹਾਨੂੰ ਇਹਨਾਂ ਦੇ ਵਿੱਚੋਂ ਰੰਗ ਪਸੰਦ ਹੈ ਜੀ ਤਾਂ ਤੁਸੀਂ ਲੈ ਸਕਦੇ ਹੋ ਇਹ ਹੈਗਾ ਜੋਰਜੱਟ ਤੇ ਬਣਿਆ ਹੋਇਆ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 1500 ਰੁਪਏ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਲੈ ਸਕਦੇ ਹੋ ਇੱਕ ਆਪਣੇ ਕੋਲ ਬਣਿਆ ਹੋਇਆ ਜੀ ਫਰਾਕ ਸੂਟ ਹੈ ਜੇ ਤੁਸੀਂ ਕਿਸੇ ਨੇ ਫਰਾਕ ਸੂਟ ਲੈਣਾ ਤਾਂ ਤੁਸੀਂ ਉਹ ਵੀ ਲੈ ਸਕਦੇ ਹੋ ਇਹ ਹੈਗਾ ਇਹ ਵੀ ਜੋਰਜੱਟ ਤੇ ਬਣਿਆ ਹੋਇਆ ਜੀ ਦੇਖੋ ਇਸ ਤਰ੍ਹਾਂ ਇਹਦਾ ਪਿੰਕ ਦੇ ਨਾਲ ਜਰੀ ਲਾ ਕੇ ਆਪਾਂ ਸਾਰਾ ਦੋਨੇ ਬੈਕ ਤੇ ਫਰੰਟ ਘੇਰਾ ਕੱਢਿਆ ਹੋਇਆ ਇਸ ਤਰ੍ਹਾਂ ਬੂਟੀਆਂ ਦੇ ਵਿੱਚ ਤੇ ਇਹ ਹੈਗੀ ਹੈ ਜੀ ਬਾਂਹ ਦਾ ਕੰਮ ਸੇਮ ਬਾਂਹ ਦੇ ਕੰਮ ਮਿਲੂਗਾ ਤੁਹਾਨੂੰ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਲੈ ਸਕਦੇ ਹੋ ਇਹ ਫਰਾਕ ਸੂਟ ਦਾ ਪ੍ਰਾਈਸ ਰਹੂਗਾ ਜੀ 1700 ਰੁਪਏ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਲੈ ਸਕਦੇ ਹੋ ਇਹ ਫਰਾਕ ਸੂਟ ਬਣੂਗੀ ਜੀ ਜਿਹੜੇ ਇੱਦੋਂ ਪਹਿਲਾਂ ਸੂਟ ਦਿਖਾ ਦਿੱਤੇ ਨੇ ਉਹ ਸਾਰੇ ਪੰਜਾਬੀ ਸੂਟ ਨੇ ਦੇਖੋ ਜੀ ਬਹੁਤ ਵਧੀਆ ਕਲਰ ਕੰਬੀਨੇਸ਼ਨ ਹੈ ਕਿਉਂ ਜੀ ਮੈਂ ਤੁਹਾਨੂੰ 8-10 ਸੂਟ ਦਿਖਾ ਦਿੱਤੇ ਨੇ ਜੋ ਵੀ ਸੂਟ ਇਹਨਾਂ ਦੇ ਵਿੱਚੋਂ ਪਸੰਦ ਹੈ ਸਾਨੂੰ ਸਕਰੀਨ ਦੇ ਉੱਪਰ ਨੰਬਰ ਚੱਲਦਾ ਹੁੰਦਾ ਜੀ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਡਿਜ਼ਾਇਨ ਤੁਹਾਨੂੰ ਪਸੰਦ ਆਏ ਹੋਣਗੇ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ